पटियाला दे विकास नगर दे विच रहन वाली एक 31 साल दी महिला दा देर रात घर विच दाखल हो के दो अणपछाते व्यक्तियां वल्लों सिर विच गोली मार के कतल कर दिता गया। इस संबंधी लड़की दे पराने दस्या कि ओह ते उसकी भैण घर विच गल कर रहे सी कि अचानक ही दो अणपछाते लड़कियां ने घर विच दाखल होकर उसकी भैण दे सिर विच गोली मार दित्ती, जिस नाल उसकी भैण दी मौत हो गई अते दस्या कि हनेरा होण करके ओह हमलावरां नूं पहचान नहीं सके। इस दे नाल ही उन्हां प्रशासन तों मंग कीती कि जल्द तों जल्द हमलावरां नूं गिरफ्तार कीता जावे। मैं ते मेरी भैण उधर रहिंदी काफी सालां तों ते रात खड़े सीगे भी गलबात कर रहे थे तो पिछों ही इतने दो मुंडे आए मोटरसाइकिल से तो पिछों ही उन्होंने गोली मारी थी मेरी ठा दी वाले जी। कितने किन्नी गोलियां फायर की थी, किन्नी राउंड फायर? एक ही। किन्नी का बजे गल? 10 के बजे मेरे को। कभी पहले भी देखे, कभी उन्होंने आवाज सुनी? ना जी, दिखे नहीं, जो नहीं आई बहुत सी जी। कैमरे कुमरे कुछ नहीं लगे? ना जी। उन्हें की शक लगता? कुछ रंजिश? कोई रंजिश वगैरह? लड़ाई? ना जी। सिस्टर की कर रही थी? थोड़े ਘਰ ਦਾ ਕੰਮ ਕਰੀ ਰਹਿੰਦੇ? ਕਰੇ ਰਹਿੰਦੇ ਸੀ। ਮੈਰਿਡ ਸੀਗੇ? ਅਨਮੈਰਿਡ ਸਰ। ਤੇ ਮੰਮੀ ਪਾਪਾ ਰਹਿੰਦੇ ਨਹੀਂ ਇੱਥੇ? ਨਾ ਜੀ, ਉਹਨਾਂ ਦੀ ਡੈਥ ਹੋ ਗਈ। DSP ਸਿਟੀ ਦੋਨੇ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਰਾਤ ਸਮੇਂ ਇਤਲਾਹ ਮਿਲੀ ਸੀ ਕਿ ਪ੍ਰੀਤੀ ਨਾਮਕ ਲੜਕੀ ਦਾ ਦੋ ਵਿਅਕਤੀਆਂ ਵੱਲੋਂ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜੋ ਕਿ ਇਸ ਇਤਲਾਹ ਦੇ ਚਲਦਿਆਂ ਮੌਕੇ ਤੇ ਪਹੁੰਚੇ ਹਨ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤਹਿਤ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕੱਲ ਰਾਤੀ 10 ਕੁ ਵਜੇ ਦੇ ਕਰੀਬ ਇੱਕ ਪ੍ਰੀਤ ਕੌਰ ਨਾਮ ਦੀ ਲੜਕੀ ਹੈ, ਉਮਰ ਕਰੀਬ 31 ਸਾਲ, ਇਹ ਵਿਕਾਸ ਨਗਰ ਦੀ ਰਹਿਣ ਵਾਲੀ ਹੈ। ਇਹਨੂੰ ਆਪਣੇ ਘਰ ਦੇ ਵਿੱਚ ਇਸ ਪਰ ਇਹਦੇ ਬ੍ਰਦਰ ਦੀ ਕੰਪਲੇਂਟ ਦੇ ਅਕੋਰਡਿੰਗ ਅਸੀਂ FIR ਦਰਜ ਕੀਤੀ ਹੈ 218 ਨੰਬਰ ਤ੍ਰਿਪੜੀ ਥਾਣੇ ਦੇ ਵਿੱਚ। ਇਹਦੇ ਬ੍ਰਦਰ ਦੇ ਬਿਆਨ ਦੇ ਮੁਤਾਬਕ ਕਿ ਰਾਤ ਨੂੰ 10 ਕੁ ਵਜੇ ਦੇ ਕਰੀਬ ਦੋ ਬਾਈਕ 'ਤੇ ਬੰਦੇ ਆਏ ਅਤੇ ਉਹਨਾਂ 'ਚੋਂ ਇੱਕ ਬੰਦੇ ਨੇ ਗੋਲੀ ਚਲਾਈ, ਜਿਹਦੇ ਨਾਲ ਮੇਰੀ ਸਿਸਟਰ ਦੀ ਮੌਤ ਹੋ ਗਈ ਹੈ। ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਤੀ ਹੈ ਅਤੇ ਅਸੀਂ ਜਲਦੀ ਸਾਇੰਟੀਫਿਕ ਅਤੇ ਟੈਕਨੀਕਲ ਤਰੀਕੇ ਨਾਲ ਪੂਰੀ ਤਫਤੀਸ਼ ਮੁਕੰਮਲ ਕਰਕੇ ਦੋਸ਼ੀਆਂ ਨੂੰ ਜਲਦੀ ਪਤਾ ਲੱਗਿਆ ਕਿਸ ਵਾਸਤੇ ਹੋਈ, ਕਿੰਨੇ ਫੈਸੀ, ਕਿਹੜੀ ਗੋਲੀ ਸੀਗੀ? ਇਹ ਲਈ ਵੈਰੀਫਾਈ ਕਰ ਰਹੇ ਹਾਂ, ਅਸੀਂ ਪੋਸਟਮਾਰਟਮ ਵੀ ਕਰਾਵਾਂਗੇ ਅੱਜ ਅਤੇ ਅਸੀਂ ਇੱਥੋਂ ਫੋਰੈਂਸਿਕ ਟੀਮ ਵੀ ਸਾਡੀ ਆਈ ਹੋਈ ਹੈ, ਉਹ ਸਾਰਾ ਚੈੱਕ ਕਰਕੇ ਅਸੀਂ ਜਦੋਂ ਤਫਤੀਸ਼ ਦੇ ਵਿੱਚ ਕੋਈ ਹੋਰ ਨਵਾਂ ਪਹਿਲੂ ਆਉਂਦਾ ਜਾਂ ਨਵਾਂ ਕੋਈ ਫੈਕਟ ਆਉਂਦਾ ਤਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਪਟਿਆਲਾ ਤੋਂ ਕਮਲਜੀਤ ਕੰਬੋਜ ਦੀ ਰਿਪੋਰਟ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ, ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਇੱਧਰ ਉੱਧਰ ਨਾ ਘੁੰਮੋ, ਬਸ ਸੰਪਰਕ ਕਰੋ ਪੰਡਿਤ ਅਮਿਤ ਸ਼ਰਮਾ ਜੀ ਨਾਲ। ਸਮੱਸਿਆ ਭਾਵੇਂ ਕੋਈ ਵੀ ਹੋਵੇ, ਜਿਵੇਂ ਲਵ ਮੈਰਿਜ ਲਈ ਮਾਂ ਬਾਪ ਨੂੰ ਮਨਾਉਣਾ, ਪਿਆਰ ਵਿੱਚ ਧੋਖਾ, ਸੌਂਤਰਨ ਜਾਂ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਕਰਜ਼ਾ ਮੁਕਤੀ ਜਾਂ ਵਿਦੇਸ਼ ਯਾਤਰਾ, ਤਾਜ ਹੀ ਆਓ ਮਾਂ ਅੰਬਿਕਾ ਜੋਤਿਸ਼ ਕੇਂਦਰ ਫਗਵਾੜਾ। ਫੋਨ ਨੰਬਰ 72988786600।